ਹਾਂਜੀ ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਕਰ ਰਹੇ ਹਾਂ ਸੰਯੁਕਤ ਸਵਰ ਦਾ ਇੱਕ ਨੈਕਸਟ ਵਾਵਲ ਹੈਗਾ ਸੰਯੁਕਤ ਸਵਰ, ਠੀਕ ਆ, ਉਹ ਹੈਗਾ ਆ ਪਲੱਸ ਏ। ਇਹਦੀ ਆਵਾਜ਼ ਕਿਉਂ ਆਉਣੀ ਆ ਆਏ, ਪਲੇਸ ਇਹਦੀ ਫਸਟ ਹੀ ਆ ਅਤੇ ਸਿੰਪਲ ਆ ਹੋ ਗਿਆ। ਪਹਿਲਾਂ ਆਪਾਂ ਕੀਤਾ ਸੀ ਆਈ, ਹੁਣ ਆਹ ਸਾਈਡ ਆ ਗਏ ਇੱਧਰਲੀ ਸਾਈਡ ਆਏ, ਠੀਕ ਹੈ। ਜਿੱਥੇ ਆਏ ਕੰਨਾਂ 'ਤੇ ਲਾਵਾਂ ਕਿਸੇ ਇੱਕ ਅੱਖਰ ਨਾਲ ਆ ਗਿਆ ਉਸ ਜਗ੍ਹਾ 'ਤੇ ਆਪਾਂ ਇਹ ਵਾਵਲ ਲਾਵਾਂਗੇ, ਠੀਕ ਹੈ। ਦੇਖਦੇ ਪਹਿਲਾ ਅੱਖਰ ਜਾਏ, ਬਿਲਕੁਲ ਅੱਖਰ ਦੇ ਸਟਾਰਟ 'ਤੇ ਛਾਏ ਮੁਕਾਏ, ਔਂਕੜ ਪਹਿਲਾਂ ਗਿਆ ਤਾਂ ਲੈਣ 'ਤੇ ਲਿਆਂਦਾ ਨੂੰ, ਮੁਕਾਏ ਲੁਕਾਏ ਔਂਕੜ ਪਹਿਲਾਂ ਗਿਆ ਲੈਣ ਕੱਟਿਆ ਗਿਆ, ਲੁੱਕ ਅਤੇ ਪਿੱਛੇ ਆਏ ਆਏ ਫਸਟ 'ਤੇ ਰਹਿਣਾ ਜਾਏਗਾ, ਜੇ ਸਟਾਰਟ 'ਤੇ ਜਾਏਗਾ, ਠੀਕ ਹੈ। ਕਤਾਏ ਮੰਗਾਏ, ਮੰਮਾ 'ਤੇ ਅੰਗ ਗੱਗਾ ਨਹੀਂ ਪਾਉਣਾ, ਟਿੱਪੀ ਕਰਕੇ ਅੰਗ ਬਣ ਗਿਆ ਮੰਗਾਏ। ਕਟਾਏ ਕੱਕਾ ਟੈਂਗਾ ਕਟਾਏ ਕੱਕੇ ਨਾਲ, ਜਿਹਦੇ ਨਾਲ ਕੋਈ ਵਾਵਲ ਨਹੀਂ ਹੋ ਲੈਣ 'ਤੇ ਪਾਉਂਦੇ, ਕਤਾਏ ਅਤੇ ਕਟਾਏ ਆਪਾਂ ਲੈਣ 'ਤੇ ਕਾਹਤੋਂ ਪਾ ਰਹੇ ਹਾਂ, ਇਸ ਕਰਕੇ ਵੀ ਪਹਿਲੇ ਅੱਖਰ ਨਾਲ ਵਾਵਲ ਨਹੀਂ ਹੈਗਾ, ਠੀਕ ਹੈ। ਕਤਾਏ ਬਣਾਏ, ਬੱਬੇ ਨਾਲ ਕੋਈ ਵਾਵਲ ਨਹੀਂ ਲੈਣ 'ਤੇ ਹੈਗਾ, ਇਸ ਅੱਖਰ 'ਚ ਪਹਿਲੇ ਨਾ ਆ ਗਿਆ ਫਿਰ ਜਿਵੇਂ ਗਾਏ, ਠੀਕ ਆ। ਪਹਿਲੇ ਅੱਖਰ ਨਾਲ ਕੰਨਾਂ 'ਤੇ ਲਾਵਾਂ, ਇਕੱਠੇ ਆਉਣਗੇ ਤਾਂ ਵਾਵਲ ਇਹ ਲਾਵਾਂਗੇ ਆਪਾਂ, ਠੀਕ ਆ। ਨੈਕਸਟ ਆਪਣਾ ਹੈਗਾ ਆਏ, ਇਕੱਲਾ ਆੜਾ ਅਤੇ ਏੜੀ ਲਾਵਾਂ, ਠੀਕ ਆ। ਪਹਿਲਾਂ ਆੜੇ ਕੰਨਾਂ ਸੀ, ਹੁਣ ਇਕੱਲਾ ਆੜਾ ਏੜੀ ਲਾਵਾਂ, ਪਲੇਸ ਸੈਕੰਡ, ਸਿੰਬਲ ਉਹੀ ਆ, ਠੀਕ ਆ। ਸਿੰਬਲ ਪੂਰਾ ਕਲੀਅਰਲੀ ਲਾਉਣਾ, ਠੀਕ ਆ। ਹਾਂਜੀ ਜਏ, ਅੱਖਰ ਲੈਣ 'ਤੇ ਵਾਵਲ ਵਿਚਾਲੇ, ਦੋ ਨੰਬਰ ਛੇ ਮੁਕਏ, ਅੱਖਰ ਲੈਣ 'ਤੇ ਵਾਵਲ ਵਿਚਾਲੇ ਲੁਕਾਏ, ਚੌਂਕੜਾ ਗਿਆ ਤਾਂ ਪਲੈਨ ਕੱਟਤਾ, ਵਾਵਲ ਸਿੰਬਲ ਜਿਹੜਾ ਹੈਗਾ ਸੈਂਟਰ 'ਚ ਲੱਗਣਾ। ਜਾਏਗਾ, ਉਹ ਜਾਏਗਾ ਸੀ, ਇਹ ਜਾਏਗਾ, ਅੱਖਰ ਲੈਣ 'ਤੇ ਵਾਵਲ ਵਿਚਾਲੇ, ਕਤਾਏ ਵਿਚਾਲੇ ਮੰਗਾਏ, ਗੱਗਾ ਨਹੀਂ ਪਾਉਣਾ ਅੰਗ ਪਾਉਣਾ, ਕਟਾਏ ਬਣਾਏ ਬੱਬਾ ਨਾ, ਅੱਖਰ ਲੈਣ 'ਤੇ ਵਿਚਾਲੇ ਸਿੰਬਲ, ਗਏ ਅੱਖਰ ਲੈਣ 'ਤੇ, ਠੀਕ ਹੈ ਜੀ। ਇਸ ਸਵਰ ਦੇ ਵਿੱਚ ਇਹ ਦੋ ਟੋਪਿਕ ਸੀਗੇ, ਇਹਦੀ ਥਰਡ ਪਲੇਸ ਨਹੀਂ ਹੈਗੀ, ਇਹਦੀ ਆਪਾਂ ਦੋ ਪਲੇਸਾਂ ਹੀ ਕਰਾਂਗੇ, ਠੀਕ ਹੈ ਜੀ। ਥੈਂਕ ਯੂ।